ਅਕਾਲੀ ਦਲ ਨੇ ਆਪਣੇ ਬਾਹਰ ਦੇ ਸਾਰੇ ਯੂਨਿਟ ਜਿਹੜੇ ਆ ਬਾਹਰੀ ਸੂਬਿਆਂ ਦੇ ਭੰਗ ਕਰ ਦਿੱਤੇ ਆ। ਕਾਰਨ ਇਹ ਹੈ ਕਿ ਇਹਨਾਂ ਦੇ ਚੋਰ ਜਿਹੜੇ ਫੜੇ ਜਾ ਰਹੇ ਆ। ਔਰ ਤੁਸੀਂ ਦੇਖੋ ਕਿ ਅੱਜ ਕੋਰਟ ਕਹਿ ਰਹੀ ਹੈ ਇਹਨਾਂ ਦੇ ਜਿਹੜੇ ਮੇਨ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਨਜੀਤ ਸਿੰਘ ਜੀ ਕੇ ਵਰਗੇ ਲੋਕਾਂ ਦੇ ਉੱਤੇ FIR ਦੇਣ ਵਾਸਤੇ। ਔਰ ਇਸ ਵੇਲੇ ਸੈਂਟਰ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਔਰ ਦਿੱਲੀ ਦੀ ਪੁਲਿਸ ਜਿਹੜੀ ਆ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ। ਤਾਂ ਇਹ ਵੀ ਇੱਕ ਗੱਲ ਸਿੱਧ ਹੁੰਦੀ ਹੈ ਕਿ ਬੀਜੇਪੀ ਜਿਹੜੀ ਹੈ ਇਹਨਾਂ ਦੀ ਚੋਰੀ ਨੂੰ ਜਿਹੜਾ ਬੜਾਵਾ ਦੇ ਰਹੀ ਹੈ। ਔਰ ਦੂਸਰੀ ਗੱਲ, ਧਰਮ ਦਾ ਪੈਸਾ ਕਿਸ ਤਰੀਕੇ ਦੇ ਨਾਲ ਇਹ ਮਿਸਯੂਜ਼ ਕਰਦੇ ਆ। $1,00,000 ਕਿਸੇ ਨੇ ਕੈਨੇਡੀਅਨ ਬੰਦੇ ਨੇ ਦਾਨ ਕੀਤਾ ਸੀ ਗੁਰਦੁਆਰਾ ਕਮੇਟੀ ਨੂੰ ਕਿ ਜਿਹੜਾ ਧਰਮ ਪ੍ਰਚਾਰ ਵਾਸਤੇ ਉਹਨੂੰ ਯੂਜ਼ ਕੀਤਾ ਜਾਵੇ ਸੁਚਾਰੂ ਢੰਗ ਦੇ ਨਾਲ। ਔਰ ਇਹਨਾਂ ਨੇ ਜਾਲੀ ਬਿੱਲ ਪਾਸ ਕਰਾ ਕੇ, ਜੋ ਅੱਜ ਗੱਲ ਸਾਹਮਣੇ ਆਈ ਹੈ, ਜਾਲੀ ਬਿੱਲ ਪਾਸ ਕਰਾ ਕੇ ਕਹਿਤਾ ਕਿ 84,000 ਕਿਤਾਬਾਂ ਜਿਹੜੀਆਂ ਅਸੀਂ ਉੱਥੇ ਵੱਡੀਆਂ ਬੱਚਿਆਂ ਦੇ ਵਿੱਚ, ਜਦਕਿ ਬੱਚੇ 20,000 ਨੇ ਟੋਟਲ ਉੱਥੇ। ਔਰ ਨਾਲ ਇਹਨਾਂ ਨੇ ਕਹਿਤਾ ਵੀ ਗਾਰਡਸ ਦੀ ਯੂਨੀਫਾਰਮ ਵਾਸਤੇ ਜਿਹੜਾ, ਔਰ ਉਹ ਵੀ ਝੂਠੇ ਬਿੱਲ, ਜਿਹੜੀ ਕਿ ਇਹਨਾਂ ਦੀ ਬੇਟੀ ਦੀ ਬਣਾਈ ਹੋਈ ਕੰਪਨੀ ਔਰ ਇਹਨਾਂ ਦੇ ਆਪਣੇ ਘਰ ਦੇ ਐਡਰੈਸ ਦੇ ਉੱਤੇ ਕਿੰਨਾ ਵੱਡਾ ਇਹ ਕੁਫਰ ਤੋਲਦੇ ਨੇ। ਔਰ ਕਿਸ ਤਰ੍ਹਾਂ ਇਹ ਜਿਹੜਾ ਸਿੱਖ ਸ਼ਰਧਾਲੂਆਂ ਦਾ ਜਿਹੜਾ ਸੰਗਤ ਦਾ ਪੈਸਾ ਇਹ ਖਾ ਰਹੇ ਹੈ, ਹਜ਼ਮ ਕਰ ਰਹੇ ਹੈ। ਔਰ ਅਸੀਂ ਅੱਜ ਤੋਂ ਨਹੀਂ, ਬੜੀ ਪਹਿਲੇ ਤੋਂ ਇਹ ਗੱਲ ਕਹਿੰਦੇ ਆ ਰਹੇ ਕਿ ਗੁਰਦੁਆਰਾ ਕਮੇਟੀਆਂ ਦਾ ਪੈਸਾ ਇਹ ਬਾਦਲ ਪਰਿਵਾਰ ਔਰ ਇਹਨਾਂ ਦਾ, ਔਰ ਇਹਨਾਂ ਦੇ ਕਰਿੰਦੇ ਇਹਨਾਂ ਦੀ ਪਾਰਟੀ ਦੇ, ਜਿਹੜਾ ਇਹ ਬੜਾ ਬੁਰੀ ਤਰੀਕੇ ਦੇ ਨਾਲ ਇਹ ਹਜ਼ਮ ਕਰਦੇ ਜਾ ਰਹੇ ਹੈ। ਔਰ ਇਸ ਗੱਲ ਨੇ, ਇਸ ਐਪੀਸੋਡ ਨੇ, GK ਵਾਲੇ ਇਸ ਐਪੀਸੋਡ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ। ਔਰ 2 ਮਹੀਨੇ ਤੋਂ ਜਿਹੜਾ ਸ਼ੰਟੀ ਜੀ ਲੱਗੇ ਹੋਏ ਆ ਉੱਥੇ ਦਿੱਲੀ ਦੇ ਵਿੱਚ ਕਿ FIR ਲੌਂਚ ਕੀਤੀ ਜਾਵੇ, ਪੁਲਿਸ ਤਾਂ FIR ਨਾ ਲੌਂਚ ਕਰਨਾ ਇਸ ਗੱਲ ਨੂੰ ਕਲੀਅਰ ਕਰਦਾ ਹੈ ਕਿ ਬੀਜੇਪੀ ਜਿਹੜੀ ਹੈ ਉਹਦਾ ਪੂਰਾ ਹੱਥ ਹੈ। ਔਰ ਜਿਹੜੀ ਬੀਬੀ ਹਰਸਿਮਰਤ ਬਾਦਲ ਉੱਥੇ ਮਿਨਿਸਟਰੀ ਦੇ ਵਿੱਚ ਚੜ੍ਹ ਕੇ ਬੈਠੀ ਹੈ, ਦਿੱਲੀ ਹਿੰਦੁਸਤਾਨ ਦੀ ਮਿਨਿਸਟਰੀ ਦੇ ਵਿੱਚ, ਉਹਦਾ ਪੂਰਾ ਪੂਰਾ ਰੋਲ ਹੈ ਠੱਗੀ ਕਰਵਾਉਣ ਦੇ ਵਿੱਚ। ਉਹੀ ਜਿਹੜੀ ਤਲਾਵਾਂ ਖਿੱਚ ਰਹੀ ਹੋਏਗੀ ਆ ਰਾਜਨਾਥ ਸਿੰਘ ਜੀ ਦੇ ਕੋਲ ਜਾ ਕੇ ਉੱਥੇ ਮਿੰਨਤਾਂ ਤਰਲੇ ਕਰ ਰਹੀ ਹੋਏਗੀ ਵੀ ਸਾਡੇ ਜਿਹੜੇ ਚੋਰ ਇਹੋ ਜਿਹੇ ਠੱਗ ਲੋਕ ਨੇ ਗੁਰਦੁਆਰਿਆਂ ਦੇ ਵਿੱਚ ਠੱਗੀਆਂ ਮਾਰਦੇ, ਉਹਨਾਂ ਨੂੰ ਨਾ ਫੜਿਆ ਜਾਵੇ। ਦੇਖੋ ਜੀ, ਅਸੀਂ ਤਾਂ ਇਹਦੇ ਵਿੱਚ ਨਿਆਏ ਡਿਮਾਂਡ ਕਰਾਂਗੇ। ਔਰ ਦੂਸਰੀ ਗੱਲ, ਇਸ ਵੇਲੇ ਜਿਹੜਾ ਗੁਰਦੁਆਰਾ ਕਮੇਟੀ ਦਾ ਜਿਹੜਾ ਇਲੈਕਸ਼ਨ ਹੈ ਉਹ ਤਾਂ ਬੀਜੇਪੀ ਦੀ ਸਰਕਾਰ ਨੇ ਦੇਖਣਾ, ਉੱਥੇ ਜਿਹੜਾ ਇਲੈਕਸ਼ਨ ਦੁਬਾਰਾ ਕਰਾਇਆ ਜਾਵੇ। ਔਰ ਦੂਸਰੀ ਗੱਲ, ਜਿਹੜੀ ਇਲੈਕਸ਼ਨ ਹੈ ਦਿੱਲੀ ਦੇ ਵਿੱਚ, ਇਹਨਾਂ ਨੇ GK ਨੂੰ ਫੇਸ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਸੀਗੀ। ਔਰ ਅੱਜ ਉਹ ਜਿਹੜਾ GK ਹੈ ਉਹ ਕੋਰਟ ਨੇ ਹੀ ਸਿੱਧ ਕਰ ਦਿੱਤਾ ਕਿ ਉਹ ਕਿੰਨਾ ਵੱਡਾ ਠੱਗ ਔਰ ਚੋਰ ਹੈਗਾ। ਸਾਰੇ ਦਸਤਾਵੇਜ਼ ਜਿਹੜੇ ਕੋਰਟ ਦੇ ਵਿੱਚ ਪੇਸ਼ ਹੋਏ ਆ ਉਹ ਤੋਂ ਸਿੱਧ ਹੋ ਗਿਆ। ਔਰ ਨਾਲ ਦੀ ਨਾਲ ਉਹ ਚੋਰ ਜਿਹੜਾ ਇਹਨਾਂ ਨੇ ਅੱਜ ਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਕਿਹੜਾ ਵੱਡਾ ਹੋਰ ਉਸ ਤੋਂ ਠੱਗ ਜਾਂ ਡਾਕੂ ਲੈ ਕੇ ਆਉਣਗੇ ਜਿਹਦੇ ਸਿਰ ਤੇ ਇਲੈਕਸ਼ਨ ਲੜਾਉਣੀ। ਔਰ ਇੱਕ ਗੱਲ ਮੈਂ ਹੋਰ ਇੱਥੇ ਜ਼ਰੂਰ ਐਡ ਕਰਨਾ ਚਾਹਾਂਗੀ ਕਿ ਅੱਜ ਜਿਹੜਾ ਮਨਜੀਤ ਸਿੰਘ GK ਹੈ ਇਹਨੂੰ ਬਚਾਇਆ ਜਾ ਰਿਹਾ ਸੈਂਟਰ ਗਵਰਨਮੈਂਟ ਦੀ ਮਦਦ ਦੇ ਨਾਲ, ਕਿਉਂਕਿ ਜਿਹੜਾ ਹੋਮ ਡਿਪਾਰਟਮੈਂਟ ਹੈ, ਪੁਲਿਸ ਹੈ ਜਿਹੜੀ ਦਿੱਲੀ ਦੀ, ਉਹ ਬੀਜੇਪੀ ਦੀ ਸਰਕਾਰ ਦੇ ਕੋਲ ਹੈ। ਇਸ ਤੋਂ ਇਹ ਵੀ ਗੱਲ ਸਿੱਧ ਹੁੰਦੀ ਹੈ ਕਿ ਜਿਹੜਾ ਮਜੀਠੀਏ ਦਾ ਕੇਸ ਹੈ ED ਦੇ ਕੋਲ, ਜੇ GK ਵਾਸਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੰਨੀ ਕੋਸ਼ਿਸ਼ ਕੀਤੀ ਹੈ ਤੇ ਮਜੀਠੀਆ ਤੇ ਹਰਸਿਮਰਤ ਦਾ ਆਪਣਾ ਭਰਾ ਹੈ ਤੇ ਉਹਦੇ ਵਾਸਤੇ ਇਹਨੇ ਕੀ ਕੁਛ ਕੀਤਾ ਹੋਏਗਾ, ਇਹ ਤੋਂ ਇਹ ਵੀ ਅਨੁਮਾਨ ਲਗਾ ਲੈਣਾ ਚਾਹੀਦਾ ਹੈ।